ਨਾਲ ਜੇ ਇੱਥੇ ਬੈਠੀ ਕਿ ਮੈਂ ਇਹਦੇ ਤੇ ਜੀ ਪਹਿਲਾਂ ਹੋਏ ਦਿਨ ਨੂੰ ਲੰਘ ਗਏ ਮੈਂ ਦੇਖਦੀ ਠੀਕ ਹੈ ਮੈਨੂੰ ਨਹੀਂ ਤੇ ਐਂ ਪਤਾ ਵੀ ਇਹ ਇੱਕਣ ਕਰਨ ਨਹੀਂ ਤਾਂ ਮੈਂ ਉੱਠ ਕੇ ਅੰਦਰ ਆ ਜਾਂਦੀ ਜੀ ਨਹੀਂ ਮੈਂ ਸੋਟੀ ਆਪਣੇ ਹੱਥ 'ਚ ਰੱਖਦੀ ਕੀ ਹੋਇਆ ਕੀ ਸੀ ਜੀ ਹਾਂਜੀ ਕਹਿੰਦਾ ਜੀ ਗੁਰਦੇਵ ਸਿੰਘ ਦਾ ਘਰ ਕਿਹੜਾ ਮਹਾਂ ਮੈਨੂੰ ਤਾਂ ਭਾਈ ਪਤਾ ਨਹੀਂ ਕਿਹੜਾ ਗੁਰਦੇਵ ਸਿੰਘ ਦਾ ਘਰ ਮੈਂ ਤਾਂ ਜਾਂਦੀ ਨਹੀਂ ਕਿਸੇ ਦੇ ਦੂਏ ਨੇ ਆ ਕੇ ਮੇਰੇ ਕੰਨਾਂ ਨੂੰ ਹੱਥ ਲਾ ਲਿਆ ਕਿੰਨੇ ਜਣੇ ਸੀ ਉਹ ਦੋ ਜਣੇ ਸੀਗੇ ਅੱਛਾ ਜੀ ਹਾਂ ਇੱਕ ਮੋਟਰਸਾਈਕਲ ਲੈ ਕੇ ਖੜਾ ਰਿਹਾ ਇੱਕ ਨੇ ਜਿਹੜਾ ਰੋਡਾ ਸੀਗਾ ਉਹਨੇ ਬਾਰੀਆਂ ਖੋਲ੍ਹੀਆਂ ਮੇਰੀਆਂ ਮੈਂ ਗਾਲਾਂ ਕੱਢੀਆਂ ਉਹਨਾਂ ਨੂੰ ਗਾਲਾਂ ਵੀ ਕੱਢੀਆਂ ਨਾ ਬੋਲੀ ਵੀ ਆ ਪਰ ਨਾ ਕੋਈ ਇੱਕ ਨੇ ਬਾਰੜੇ ਹੋਏ ਤਾਂ ਕੋਈ ਬਾਹਰ ਆਇਆ ਨਹੀਂ ਨਾ ਫਿਰ ਅੰਦਰੋਂ ਬਹੂ ਆਈ ਕਹਿੰਦੇ ਤੂੰ ਰੋ ਨਾ ਕੋਈ ਨਾ ਤੁਸੀਂ ਰੋਲਾ ਵਗੈਰਾ ਪਾਇਆ ਕੋਈ ਇੱਥੇ ਹਾਂਜੀ ਇੱਥੇ ਮੈਂ ਰੋਂਦੀ ਸੀਗੀ ਰੋਲਾ ਪਾਇਆ ਉਹਨੂੰ ਗਾਲਾਂ ਕੱਢੀਆਂ ਮੈਂ ਉੱਥੇ ਗਾਲਾਂ ਕੱਢਦੇ ਨੇ ਤਾਂ ਬੰਦਾ ਸਮਝ ਲੈਂਦਾ ਵੀ ਗਾਲਾਂ ਕਾਹਤੇ ਕੱਢਦੀ ਹੈ ਕੋਈ ਨਿਕਲੇ ਹੀ ਨਹੀਂ ਬਾਹਰ ਤੁਹਾਨੂੰ ਲੱਗਦਾ ਜਿਹੜੇ ਇਹੋ ਜਿਹੇ ਲੋਕ ਹੈਗੇ ਆ ਜਿਹੜੇ ਬਾਰੇ ਲਾਂਦੇ ਆ ਕਿ ਇਹਨੂੰ ਫੜ ਕੇ ਪੁਲਿਸ ਪੁਲਿਸ ਫੜ ਕੇ ਇਹਨਾਂ ਨੂੰ ਜੇਲ੍ਹ 'ਚ ਭੇਜਿਆ ਜਾਵੇ ਇਹ ਤਾਂ ਜੀ ਹੁਣ ਕੀ ਪਤਾ ਭੇਜਿਆ ਜਾਵੇ ਜਿਹੜਾ ਜਿਹਨੇ ਮੇਰੀਆਂ ਲਾਈਆਂ ਨੇ ਉਹਨੂੰ ਭੇਜੋ ਹਾਂ ਉਹਨੂੰ ਭੇਜੋ ਹੋਰ ਨੂੰ ਕਾਹਨੂੰ ਕਿਸੇ ਨੂੰ ਡੰਡਦੇ ਨੇ ਉਹਨੂੰ ਨਾ ਛੱਡੋ ਕੋਈ ਵੀ ਹੋਵੇ ਚਾਹੇ ਗਾਹਾਂ ਨੂੰ ਕਿਸੇ ਨੂੰ ਹੱਥ ਨਹੀਂ ਪਾਊਗਾ ਅੱਗੇ ਵੀ ਕਦੀ ਮਾਤਾ ਜੀ ਇੱਥੇ ਮਹੱਲੇ 'ਚ ਕਦੀ ਉੱਦਾਂ ਦਾ ਹੋਇਆ ਕੋਈ ਕਿਸੇ ਨਾਲ ਨਾ ਜੀ ਮੇਰੇ ਨਾਲ ਨਹੀਂ ਹੋਇਆ ਹੈਗਾ ਉੱਧਰਲੇ ਸਿਰੇ ਅਸੀਂ ਰਹਿੰਦੇ ਸੀਗੇ ਇੱਕ ਬੁੜੀ ਦੇ ਲੈ ਕੇ ਅਤੇ ਦਿਨ 'ਚ ਲਾ ਕੇ ਇੱਕ ਨੇ ਅੱਛਾ ਜੀ ਹਾਂ ਦਿਨ 'ਚ ਇੱਕ ਦੇ ਡਾਕਟਰ ਦਿਆਂ ਦੀ ਤੀ ਅੱਛਣੀ ਦੇ ਦਵਾਈ ਲੈ ਕੇ ਉਹ ਨਕਸ਼ੇ ਵਾਲੇ ਦੀ ਮਾਂ ਆਈ ਹੋਈ ਤੀ ਉਹਦੀ ਵੀ ਚੇਨੀ ਲਾ ਲਈ ਤੀ ਵਾਲੀਆਂ ਵੂਲੀਆਂ ਲਾ ਲਈਆਂ ਜੀ ਛੱਤੀ ਆ ਜਿਹੜਾ